ਹਲਚਲ ਟੀਵੀ ਨਿਊਜ਼। ਲੁਧਿਆਣਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨ ਸਿੰਘ ਬੈਂਸ ਪੰਜਾਬ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਜ਼ੀਰ ਪੂਰੀ ਤਰ੍ਹਾਂ ਫੇਲ ਨੇ, 3 ਸਾਲ ਦੇ ਵਿੱਚ ਕਿਸੇ ਮੰਤਰੀ ਨੇ ਕੋਈ ਪ੍ਰਾਪਤੀ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬਿੱਟੂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਉਜਾਗਰ ਕਰਦੇ ਆਪਣੀ ਨਾਕਾਮੀ ਛੁਪਾ ਰਹੇ ਨੇ। ਦੂਜੇ ਹੀ ਪਾਸੇ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੌਰਾਨ ਪਿਆਰ ਸਰਕਾਰ ਨਾਲ ਬਹਿਸ ਕਰਨ ਦੇ ਮਾਮਲੇ ਤੇ ਕਿਹਾ ਹੈ ਕਿ ਪੱਤਰਕਾਰ ਉਹਨਾਂ ਦੇ ਦੋਸਤ ਨੇ ਤੇ ਉੱਥੇ ਦੋਸਤ ਦੇ ਵਿੱਚ ਅਕਸਰ ਲੜਾਈ ਹੋ ਜਾਂਦੀ ਹੈ। ਆਓ ਦੇਖਦੇ ਹਾਂ ਲੁਧਿਆਣਾ ਤੋਂ ਇਹ ਖਾਸ ਰਿਪੋਰਟ। ਮਨਪ੍ਰੀਤ ਬਾਦਲ ਜੀ ਨੂੰ ਜਿਹੜੇ ਵਾਰ-ਵਾਰ ਸੂਬੇ ਦੀ ਮਾੜੀ ਆਰਥਿਕ ਹਾਲਤ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੇ, ਆਪਣੀ ਪੀੜ੍ਹੀ ਹੇਠ ਉਹਨਾਂ ਨੂੰ ਸੋਟਾ ਜ਼ਰੂਰ ਫੇਰਨਾ ਚਾਹੀਦਾ। ਅਨਸੈਸਰੀ ਬਰਡਨ ਜਿਹੜਾ ਸਰਕਾਰੀ ਖਜ਼ਾਨੇ ਦੇ ਉੱਤੇ ਇੱਕ ਬੋਝ ਹੈਗਾ, ਉਹ ਸਾਰਾ ਉਹਨਾਂ ਨੂੰ ਉਤਾਰ ਦੇਣਾ ਚਾਹੀਦਾ। ਇਹ ਬੜਾ ਪੜ੍ਹ ਕੇ ਉਦਾਸੀ, ਪੜ੍ਹ ਕੇ ਬੜੀ ਨਮੋਸ਼ੀ ਹੋਈ ਇਸ ਗੱਲ ਦੀ ਵੀ ਉਹਨਾਂ ਦੀ ਕੋਠੀ ਦੇ ਵਿੱਚ 27 ਜਾਂ 37 ਕੁਛ ਇੱਦਾਂ ਦਾ ਲਿਖਿਆ ਸੀਗਾ ਵੀ ਇੰਨੇ ਏਸੀ ਲੱਗੇ ਹੋਏ। ਸੋ ਇਹ ਜਿਹੜੇ ਅਨਸੈਸਰੀ ਬਰਡਨ ਸਰਕਾਰੀ ਖਜ਼ਾਨੇ ਦੇ ਉੱਤੇ ਆ, ਤੁਰੰਤ ਵਿੱਤ ਮੰਤਰੀ ਸਾਹਿਬ ਨੂੰ ਉਤਾਰ ਦੇਣੇ ਚਾਹੀਦੇ। ਕੋਈ ਮੰਤਰੀ ਬਾਂਹ ਖੜੀ ਕਰਕੇ ਕਹਿ ਦੋ ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਪਾਰਦਰਸ਼ਤਾ ਲੈ ਕੇ ਆਇਆ, ਟਰਾਂਸਪੇਰੈਂਸੀ ਲੈ ਕੇ ਆਇਆ। ਅੱਜ ਇਸ ਗੱਲ ਦਾ ਧੰਨਵਾਦ ਕਰਦਾ, ਮੈਂ ਇੱਕ ਉਹਨਾਂ ਦਾ ਵੀਡੀਓ ਸੁਣ ਰਿਹਾ ਸੀ, ਮੇਰੇ ਦੋਸਤ ਨੇ ਮੈਨੂੰ ਵੀਡੀਓ ਸੈਂਡ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜਸਥਾਨ ਨੂੰ ਪਾਣੀ ਫ੍ਰੀ ਜਾ ਰਿਹਾ ਸੀ, ਪੈਸੇ ਲੈਣੇ ਆ ਉਹਦੇ ਕੋਲੋਂ। ਇਹ ਗੱਲ ਪਹਿਲਾਂ ਬਿੱਟੂ ਜੀ ਕਿਹਾ ਹਟੇ, ਮੈਂ ਬਿੱਟੂ ਜੀ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਟੈਗ ਕੀਤਾ, ਮੁੱਖ ਮੰਤਰੀ ਜੀ ਨੂੰ ਉਹਨਾਂ ਦੀ ਸਪੀਚ ਟੈਗ ਕੀਤੀ ਤੇ ਅੱਜ ਮੈਂ ਰਾਜੇ ਬੜਿੰਗ ਜੀ ਦੀ ਜਿਹੜੀ ਸਪੀਚ ਉਹ ਮੁੱਖ ਮੰਤਰੀ ਸਾਹਿਬ ਨੂੰ ਧੰਨਵਾਦ ਸਹਿਤ ਭੇਜੀ ਆ। ਰਾਜਸਥਾਨ ਤੋਂ ਪਾਣੀ ਦੀ ਕੀਮਤ ਜਿਹੜੀ ਰਾਜਾ ਬੜਿੰਗ ਜੀ ਨੇ ਆਪਣੀ ਸਪੀਚ ਦੇ ਵਿੱਚ ਬੋਲੀ ਹੈ, ਕਿਤੇ ਬਿੱਲ ਬਣਾ ਕੇ ਉਹਦੀ ਉਗਰਾਹੀ ਕਰ ਲੈ। ਯਾਰ ਇੱਕ ਚੋਰ ਮਚਾਵੇ ਸ਼ੋਰ, ਮਤਲਬ ਕੋਈ ਜਿਹੜਾ ਸ਼ਰਾਬੀ ਹੋਵੇ ਤੇ ਉਹ ਹੱਥ ਦੇ ਵਿੱਚ ਬੈਨਰ ਚੱਕ ਲਵੇ ਵੀ ਸ਼ਰਾਬ ਬੜੀ ਬੁਰੀ ਚੀਜ਼ ਹੈ, ਇਹ ਨਾ ਪੀਓ, ਲੋਕ ਹੱਸਣਗੇ ਉੱਤੇ ਕਿ ਨਹੀਂ ਹੱਸਣਗੇ? ਲੋਕ ਕਹਿਣਗੇ ਦੇਖੇ ਇਹ ਕੀ ਨਖਰੇ ਕੀ ਕਰਦਾ, ਕਿਹੜੇ ਟਟਵੈਰ ਕਰਨ ਲੱਗਿਆ ਹੋਇਆ। ਬੇਨਤੀ ਹੈ ਜਿੱਦਣ ਬੈਂਸ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕਰਦਾ ਵੀ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਪ੍ਰਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੋ। ਉਦਣ ਇਹ ਸਾਰੇ ਦੇ ਸਾਰੇ ਟ੍ਰੈਜਰੀ ਬੈਂਚਸ ਦੇ ਉੱਤੇ ਬੈਠੇ ਕਾਂਗਰਸ ਦੇ ਅਹਿਲਕਾਰ, ਮੰਤਰੀ ਸਾਹਿਬਾਨ, MLA ਸਾਹਿਬਾਨ ਚੁੱਪ ਤੇ ਖਾਮੋਸ਼ ਹੋ ਜਾਂਦੇ। ਉਹਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਲੋਕ ਇਨਸਾਫ਼ ਪਾਰਟੀ ਇਸ ਮੰਗ ਦੇ ਨਾਲ ਮੋਰਲੀ ਕਤਾਰ ਦੇ ਵਿੱਚ ਖੜ ਕੇ ਸਾਥ ਦੇਏ। ਦੇਖੋ ਗੱਲ ਸੁਣੋ, ਜਿੱਥੇ ਪਿਆਰ ਹੁੰਦਾ, ਜਿਹੜਾ ਪੱਤਰਕਾਰ ਦੇ ਨਾਲ ਕੋਈ ਉਹਨਾਂ ਦੀ ਕਹਿ ਸੁਣੀ ਹੋਈ ਆ, ਕੋਈ ਗਰਮਾ ਗਰਮੀ ਹੋਈ ਆ, ਜਿੱਥੇ ਪਿਆਰ ਹੁੰਦਾ ਤੇ ਰੋਸਾ ਗੁੱਸਾ ਵੀ ਉੱਥੇ ਹੀ ਹੁੰਦਾ। ਹੁਣ ਤੁਹਾਡਾ ਮੇਰੇ ਨਾਲ ਪਿਆਰ ਆ, 20 ਵਾਰੀ ਆਪਣਾ ਰੋਸਾ ਗੁੱਸਾ ਗਿਲਾ ਵੀ ਹੋ ਜਾਂਦਾ ਸਵਾਲਾਂ ਉੱਤੇ ਭੜਕਣ ਦਾ, ਗਲਤ ਗੱਲ। ਚਲੋ ਕੋਈ ਗੱਲ ਨਹੀਂ, ਮੈਂ ਕਹਿੰਦਾ ਵੀ ਜੇ ਪਿਆਰ ਆ ਤੁਸੀਂ ਮੈਨੂੰ ਕੋਈ ਸਵਾਲ ਕਰ ਲਿਆ, ਭੜਕ ਪਿਆ ਬਾਹਰ ਜਾ ਕੇ ਫਿਰ ਆਪਾਂ ਇੱਕੋ ਜਿਹੇ ਹੋ ਜਾਣਾ। ਸੋ ਇਹ ਦੋਸਤੀ ਹੈਗੀ ਆ ਭਗਵੰਤ ਮਾਨ ਦੀ ਪੱਤਰਕਾਰਾਂ ਦੇ ਨਾਲ, ਪੱਤਰਕਾਰਾਂ ਦੀ ਭਗਵੰਤ ਮਾਨ ਦੇ ਨਾਲ, ਇਹ ਕੋਈ ਐਡਾ ਇਸ਼ੂ ਨਹੀਂ ਹੈਗਾ। ਅੱਛਾ ਜੀ, ਉਹ ਕਿੱਥੇ ਜਾਊਗਾ? ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਘੁੱਟਣ ਮਹਿਸੂਸ ਕਰ ਰਹੇ ਆ, ਜਿਹੜੇ ਆਪਣੀ ਜ਼ਮੀਰ ਦਬਾਈ ਬੈਠੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਜਵਾਲਾਮੁਖੀ ਦੋਸਤ ਉਹ ਫਟੂਗਾ। ਜਿਹੜਾ ਸੁਖਵੀਰ ਬਾਦਲ ਕਹਿ ਰਿਹਾ ਨਾ ਵੀ ਮੈਂ ਸੁਖਦੇਵ ਸਿੰਘ ਢੀਂਡਸਾ ਨੂੰ ਇੰਨੀ ਵਾਰੀ ਰਾਜ ਸਭਾ ਮੈਂਬਰ ਬਣਾਇਆ, ਮੈਂ ਇਸ ਮੈਂ ਦੀ ਤਾਂ ਲੜਾਈ ਲੜ ਰਿਹਾ ਸੁਖਦੇਵ ਸਿੰਘ ਢੀਂਡਸਾ। ਉਹ ਕਹਿੰਦੇ ਮੈਨੂੰ ਪਾਰਟੀ ਨੇ ਬਣਾਇਆ, ਅਕਾਲੀ ਦਲ ਨੇ ਬਣਾਇਆ। ਸੁਖਵੀਰ ਬਾਦਲ ਕਹਿੰਦਾ ਮੈਂ ਬਣਾਇਆ। ਉਹ ਕਹਿੰਦੇ ਅੱਜ ਪਾਰਟੀ ਨੂੰ ਬਚਾਉਣ ਵਾਸਤੇ ਇਸ ਲੋਟੂ ਟੱਬਰ ਨੂੰ ਅਕਾਲੀ ਦਲ ਤੋਂ ਪਰੇ ਕਰਨ ਦਾ ਉਹਨਾਂ ਨੇ ਬੀੜਾ ਚੁੱਕਿਆ। ਸੋ ਇਸ ਕਰਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਡਰਾਈਵ, ਉਹਨੂੰ ਸਾਡੀ ਪਾਰਟੀ ਸਪੋਰਟ ਕਰਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਅਕਾਲੀ ਦਲ ਦੇ ਅੰਦਰ ਪਟਾਕੇ ਪੈਂਦੇ ਦੇਖੋਗੇ, ਜ਼ਰੂਰ ਵਰਤੋਂ ਕਰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਜਿੰਨਾ
ਰੁਪਈਆ ਰੁਪਈਆ ਸੰਗਤ ਦਾ ਸ਼ਰਧਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਦੇ ਵਿੱਚ ਪਾਇਆ ਹੁੰਦਾ ਅਤੇ ਇਹ ਸਾਰਾ ਧਨ ਜਿਹੜਾ ਇਹ ਰਾਜਨੀਤਿਕ ਮਾੜੇ ਕੰਮਾਂ ਵਾਸਤੇ ਯੂਜ਼ ਕਰਦੇ ਆ, ਇਹ ਨਿੱਜੀ ਲਾਹੇ ਲੈਣ ਵਾਸਤੇ ਸਰਕਾਰ ਨਹੀਂ ਹੁੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸਰਕਾਰ ਬਣਾ ਕੇ ਬਹਿ ਜਾਂਦੇ ਆ। ਪਰ ਜਿਹੜਾ ਆਪ ਦੇਖ ਰਹੇ ਹੈ ਹਲਚਲ ਟੀਵੀ ਨਿਊਜ਼।